बहुत स्वागत है जी सारियों का। मैं हाँ सुरेंद्र डल्ला। एक बहुत महत्वपूर्ण टॉपिक के उत्ते अज गलबात अगे तुरंगे और साढ़े नाल मौजूद ने लैंडमार्क इमीग्रेशन के चीफ जसमीत भाटिया जी। टॉपिक बहुत महत्वपूर्ण है। पिछले एक महीने तो अंदाजन 30 के करीब अजिहे PPR हासिल होए ने जसमीत जी नूं, लैंडमार्क इमीग्रेशन नूं रिजल्ट हासिल होए ने जिहड़े PTE ते आए ने। सो एक महीना या एक महीने तो कुछ दिन वध इस दरमियान 30 PPR PTE ते रिसीव होना, ये एक बिल्कुल नवी तरह की जिहड़ी ये इनफॉर्मेशन है जिहदे ते डिबेट भी हो सकती, डिस्कशन भी हो सकती और फ्यूचर की प्लैनिंग भी हो सकती है। हुण सवाल यह है कि इन जिहड़े रिजल्ट्स आए ने इन्हां दे विचों एवरेज PTE स्कोर किन्ना सी, वह भी जसमीत जी दस रहे सी कि कई केसां दे विच लैस दैन 60 सी नंबर, 55-56 उहदे ते भी रिजल्ट आए ने। सो ये बड़े हैरानीजनक नतीजे ने, पर इन्हां नतीजिआं दे उत्ते असीं डिस्कशन करांगे। साडे नाल जसमीत जी ने। जसमीत जी बहुत बहुत स्वागत है। सत श्री अकाल जसमीत जी। सब तो पहले तो मैं जानना चाहूँगा अंदाजन किन्ने एक रिजल्ट PPR आए ने पिछले महीने सवा महीने दे विच। और टोटल तो सर 100-150 स्टडी वीजा का PPR आया होएगा, अबव 100 ही आए हुए हैं अप्रोक्सीमेटली। बट आउट ऑफ दैम देर आर 30 PTE PPR, मतलब कि 30 तो भी वध PTE ते PPR आए हैं। और इन्हां दे उत्ते खास खास गल की है, जिहड़े PTE दे उत्ते PPR आए ने इन्हां दे विच तुसीं खास गल की देखदे हो जसमीत जी? सर खास गल तो यही है कि आपां अपनी गल नूं ही कॉन्ट्राडिक्ट कर रहे हैं। मैं पहला कहिंदा सी कि 60 तो थले वाले का वीज़ा नहीं लगना, बट साढ़े कोल 55, 56, 58, 62, 66 PTE वीज़ा लग के आए ने। और की कहते हैं स्टूडेंट आपे ही मैंने पूछ सवाल कर रहे कि सर तुसी सानू डराउंदे सी कि 60 PTE चाहिए है। मैं भी हमेशा अपने शो के दौरान भी कहता रहा, साडी कोशिश यह होंगी है कि बच्चों का वीज़ा ही लग के आए, तो जिन्हें अच्छे बैंड होंगे PTE च ਉਹਦੇ ਨਾਲ ਵੀਜ਼ਾ ਸਕਸੈਸ ਰੇਟ ਬੈਟਰ ਰਹੇਗਾ। ਬਟ ਇਸ ਟਾਈਮ ਅੰਬੈਸੀ ਥੋੜ੍ਹੀ ਰਿਲੈਕਸ ਲੱਗ ਰਹੀ ਹੈ ਔਰ ਵੀਜ਼ਾਸ ਕਾਫੀ ਜ਼ਿਆਦਾ ਇਸ਼ੂ ਕਰ ਰਹੀ ਹੈ। ਅੱਛਾ, ਆਮ ਤੌਰ 'ਤੇ ਇੰਨੇ ਘੱਟ ਸਕੋਰ ਦੇ ਉੱਤੇ ਕਿਸੇ ਨੇ ਸੋਚਿਆ ਨਹੀਂ ਸੀ। ਹੁਣ ਜਦੋਂ ਲੈਸ ਦੈਨ 60 ਵੀ ਰਿਜ਼ਲਟ ਆ ਰਹੇ ਨੇ ਅਤੇ ਫਿਰ ਸਪਟੰਬਰ ਇਨਟੇਕ ਦੇ ਜਿਹੜੇ ਬਾਕੀ ਦਿਨ ਰਹਿ ਗਏ ਜਾਂ ਜਨਵਰੀ ਇਨਟੇਕ, ਹੁਣ ਤੁਸੀਂ ਸਟੂਡੈਂਟਸ ਨੂੰ ਕੀ ਰਿਕਮੈਂਡ ਕਰੋਗੇ ਕਿ ਉਹ 55 ਦੇ ਨਾਲ ਵੀ ਅਪਲਾਈ ਕਰਨ? ਪੂਰਾ ਸਨੈਰੀਓ PTE ਦੇ ਨਾਲ ਕਿਹੋ ਜਿਹਾ ਦਿਖ ਰਹੇ ਹੋ? ਸਰ ਹਾਲੇ ਦੇਖੋ ਫਿਰ ਜਿਵੇਂ ਹੁਣ ਸਨੈਰੀਓ ਦੀ ਗੱਲ ਕਰੀਏ ਤਾਂ ਇਸ ਟਾਈਮ ਤੋਂ ਜਿਵੇਂ 55 ਐਂਡ ਅਬਵ ਗਵਰਨਮੈਂਟ ਕਾਲਜਿਸ ਆਫਰ ਲੈਟਰ ਦੇ ਦਿੰਦੇ ਆ ਸਟੂਡੈਂਟ ਨੂੰ। ਸੋ 55 ਐਂਡ ਅਬਵ ਜੇ ਤੁਹਾਡਾ ਸਕੋਰ ਹੈਗਾ ਔਰ ਵੀਜ਼ਾਸ ਵੀ ਜੇ ਲੱਗ ਕੇ ਆ ਰਹੇ ਨੇ ਤਾਂ ਸਟੂਡੈਂਟਸ ਅਪਲਾਈ ਕਰ ਸਕਦੇ ਆ। ਪਰ ਫਿਰ ਵੀ ਮੈਂ ਸਟੂਡੈਂਟਸ ਨੂੰ ਕਹਾਂਗਾ ਕਿ ਜਿੰਨਾ ਜ਼ਿਆਦਾ PTE ਸਕੋਰ ਹੋਏਗਾ ਉਨਾ ਹੀ ਵੀਜ਼ਾ ਚਾਂਸ ਜ਼ਿਆਦਾ ਹੋਏਗਾ, ਬਟ ਫਿਰ ਵੀ ਤੁਸੀਂ 55 ਐਂਡ ਅਬਵ ਦੇ ਨਾਲ ਅਪਲਾਈ ਕਰ ਸਕਦੇ ਹੋ। ਅੱਛਾ, ਕੋਈ ਪ੍ਰੋਫਾਈਲ ਤੁਹਾਡੇ ਕੋਲ ਕੇਸ ਸਟੱਡੀ ਕਰਨ ਲਈ ਕੋਈ ਲੈਸ? ਲੇਟੈਸਟ ਹੁਣੇ ਸਾਡਾ ਜਿਹੜਾ ਵੀਜ਼ਾ ਅਪਰੂਵ ਆਇਆ ਪਰਸੋਂ ਹਰਮਨਦੀਪ ਦਾ, ਔਰ ਉਹਦੇ PTE 'ਚ 56 ਸੀ, ਓਵਰਆਲ ਪਰਸੈਂਟੇਜ 63% ਸੀ। ਔਰ ਸਟੂਡੈਂਟ ਯੂਨੀਵਰਸਿਟੀ ਕੈਨੇਡਾ ਵੈਸਟ ਵੈਂਕੂਵਰ ਬ੍ਰਿਟਿਸ਼ ਕੋਲੰਬੀਆ 'ਚ ਉਹਨੇ ਐਡਮਿਸ਼ਨ ਲਈ ਔਰ 63% ਦੇ ਨਾਲ ਉਹ ਐਸੋਸੀਏਟ ਡਿਗਰੀ ਆਰਟਸ ਕਰਨ ਜਾ ਰਿਹਾ ਸੀ ਔਰ ਉਹਦਾ ਵੀਜ਼ਾ ਅਪਰੂਵ ਹੋ ਕੇ ਆ ਗਿਆ। ਸੋ ਕਾਫੀ ਖੁਸ਼ ਸੀ ਸਟੂਡੈਂਟ ਔਰ ਫਸਟ ਅਟੈਂਪਟ 'ਚ ਸਰ ਵੀਜ਼ਾ ਅਪਰੂਵ ਹੋ ਕੇ ਆ ਗਿਆ। ਵੇਅਰ ਐਜ ਜੇ ਮੈਂ ਦੂਜੇ ਪਾਸੇ ਲਗਾਂ ਤਾਂ ਆਈਲੈਟਸ 6.5 ਬੈਂਡ 82% ਵਾਲੇ ਦੀ ਰਿਫਿਊਜ਼ਲ ਆ ਗਈ ਔਰ ਉਹਦਾ ਸੈਕਿੰਡ ਅਟੈਂਪਟ 'ਚ ਵੀਜ਼ਾ ਅਪਰੂਵ ਹੋ ਕੇ ਆਇਆ। ਸੋ ਵੀ ਕੈਨ ਨਾਟ ਕਮੈਂਟ ਕਿ ਹਾਓ ਅੰਬੈਸੀ ਇਜ਼ ਪ੍ਰੋਸੈਸਿੰਗ। ਸੋ ਰਿਜ਼ਲਟਸ ਆਰ ਰੀਅਲੀ ਰੀਅਲੀ ਅਨਪ੍ਰਡਿਕਟੇਬਲ। ਸੋ ਸਟੂਡੈਂਟਸ ਨੂੰ ਫਾਈਲ ਲਗਾ ਕੇ ਹੀ ਪਤਾ ਲੱਗੇਗਾ ਕਿ ਵਟ ਕੈਨ ਬੀ ਦ ਰਿਜ਼ਲਟ। ਬਿਲਕੁਲ ਠੀਕ ਹੈ। ਸੋ ਇਹ ਕਹਿ ਸਕਦੇ ਹਾਂ ਕਿ ਜਿਹੜੇ ਹਾਈ ਕਮਿਸ਼ਨ ਨੇ ਉਹ ਅਨਪ੍ਰਡਿਕਟੇਬਲ ਨੇ, ਇਹ ਵੀ ਇਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਰਿਹਾ। ਹੁਣ ਜਨਵਰੀ ਇਨਟੇਕ ਔਰ ਸਪਟੰਬਰ ਇਨਟੇਕ ਜਿਹੜਾ ਰਹਿ ਗਿਆ, ਜਸਵੀਰ ਜੀ ਤੁਸੀਂ ਮਿਨੀਮਮ ਪ੍ਰੋਫਾਈਲ ਕਿਹੜਾ ਅਸੈਪਟ ਕਰੋਗੇ, ਰਿਕਮੈਂਡ ਕਰੋਗੇ PTE ਦੇ ਲਈ, PTE ਦੇ ਨਾਲ ਅਪਲਾਈ ਕਰਨ ਲਈ? ਸਰ ਜਨਵਰੀ ਇਨਟੇਕ ਮੈਂ ਉਹੀ ਕਿਹਾ 55 ਤੋਂ ਉੱਤੇ ਆਪਾਂ ਅਕਸੈਪਟ ਕਰਾਂਗੇ PTE ਵਾਲੇ ਪ੍ਰੋਫਾਈਲਸ, ਜਿਨ੍ਹਾਂ ਦੇ 55 PTE ਹੋਏਗੀ ਉਹਨਾਂ ਨੂੰ ਜਨਵਰੀ ਇਨਟੇਕ 'ਚ ਅਸੀਂ ਅਕਸੈਪਟ ਕਰਾਂਗੇ ਔਰ ਜਨਵਰੀ ਕੀ ਅਕਤੂਬਰ ਇਨਟੇਕ 'ਚ ਵੀ ਉਹ ਅਪਲਾਈ ਕਰ ਸਕਦੇ ਨੇ। ਬਿਲਕੁਲ ਠੀਕ ਹੈ। ਸੋ ਅਕਤੂਬਰ ਇਨਟੇਕ ਵੀ ਅਪਲਾਈ ਹੋ ਸਕਦਾ, ਸੋ ਜਨਵਰੀ ਇਨਟੇਕ ਵੀ ਅਪਲਾਈ ਹੋ ਸਕਦਾ ਔਰ 55 PTE ਦੇ ਨਾਲ ਅਸੈਪਟ ਕਰਨਗੇ ਜਸਮੀਤ ਜੀ। ਔਰ ਸੱਚਮੁੱਚ ਇਹ ਬਹੁਤ ਚੰਗੀ ਗੱਲ ਵੀ ਹੈ ਅਗਰ ਇਹ ਟ੍ਰੈਂਡ ਬਰਕਰਾਰ ਰਹੇ ਆਉਂਦੇ ਸਮੇਂ ਦੇ ਵਿੱਚ, ਔਰ PTE ਨੂੰ ਇਸੇ ਤਰ੍ਹਾਂ ਅਗਰ ਕੈਨੇਡਾ ਕੰਸਿਡਰ ਕਰੇ ਤਾਂ ਸਾਡੇ ਸਟੂਡੈਂਟਸ ਦੇ ਲਈ ਇਹ ਇੱਕ ਚੰਗੀ ਖਬਰ ਹੈ। ਪਰ ਇਸ ਦੇ ਬਾਵਜੂਦ ਵੀ ਸਟੂਡੈਂਟ ਇਸ ਗੱਲ 'ਤੇ ਫੋਕਸ ਰੱਖਣ ਕਿ ਚਾਹੇ ਉਹਨਾਂ ਨੇ
पीटी के जरिए एडमिशन ली है, लेकिन फ्यूचर च कैनेडा च उन्होंने आर्ट्स जरूर करनी पैनी है। इस करके अगर वो इंडिया दे विच भी आर्ट्स वाले पासे कोशिश करन उहदे विच भी कोई हर्ज नहीं है। थैंक यू सो मच जसमीत जी। जसमीत जी नूं तुसीं परसनली मिल सकते हो 9413-9412 मोहाली ऑफिस जसमीत जी अवेलेबल ने। स्क्रीन ते नंबर है, व्हाट्सएप करो, अपॉइंटमेंट बनाओ। थैंक यू सो मच जसमीत जी। थैंक यू सो मच।